ਕਮਲ ਚੇਟਲੀ ਦੀ ਨਗਰ ਨਿਗਮ ਵੱਲੋਂ ਜੋ ਇਮਾਰਤ ਸੀਲ ਕੀਤੀ ਗਈ ਹੈ ਅਤੇ ਜਿਸ ਨੂੰ ਲੈ ਕੇ ਕਮਲ ਚੇਟਲੀ ਵੱਲੋਂ ਕਾਰਪੋਰੇਸ਼ਨ ਦਫ਼ਤਰ ਹੰਗਾਮਾ ਕੀਤਾ ਗਿਆ ਹੈ, ਉਸ ਨੂੰ ਲੈ ਕੇ ਵੀ ਹਰਮਿੰਦਰ ਸਿੰਘ ਨਾਂ ਦੇ ਸ਼ਖਸ ਨੇ ਦਾਅਵਾ ਕੀਤਾ ਹੈ ਕਿ ਉਹ ਇਮਾਰਤ ਉਸਦੇ ਰਿਸ਼ਤੇਦਾਰ ਦੀ ਹੈ ਅਤੇ ਕਮਲ ਚੇਟਲੀ ਨੇ ਉਸ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ, ਜਦੋਂ ਕਿ ਇੱਕ ਕੇਸ ਉਹ ਜਿੱਤ ਵੀ ਚੁੱਕੇ ਹਨ। ਇਸ ਵਿੱਚ ਕਮਲ ਚੇਟਲੀ ਦੇ ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਨੂੰ ਸਜ਼ਾ ਵੀ ਹੋ ਚੁੱਕੀ ਹੈ। ਹਰਮਿੰਦਰ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਕਮਲ ਚੇਟਲੀ ਵੱਲੋਂ ਉਸਦੀ ਪ੍ਰਾਪਰਟੀ ਤੇ ਨਜਾਇਜ਼ ਤੌਰ ਤੇ ਕਬਜ਼ਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਅਤੇ ਇੱਕ ਕੇਸ ਪਹਿਲਾਂ ਜਿੱਤ ਚੁੱਕੇ ਹਨ। ਉਹਨਾਂ ਕਿਹਾ ਕਿ ਇਹ ਇਮਾਰਤ ਕੈਨੇਡਾ 'ਚ ਰਹਿੰਦੇ ਉਹਨਾਂ ਦੇ ਇੱਕ ਰਿਸ਼ਤੇਦਾਰ ਦੀ ਹੈ, ਜਿਸ ਤੇ ਭਾਜਪਾ ਆਗੂ ਵੱਲੋਂ ਨਜਾਇਜ਼ ਤੌਰ ਤੇ ਕਬਜ਼ਾ ਕੀਤਾ ਗਿਆ ਹੈ। ਹਰਮਿੰਦਰ ਸਿੰਘ ਨੇ ਕਿਹਾ ਕਿ ਇਮਾਰਤ ਪੱਕੇ ਤੌਰ ਤੇ ਸੀਲ ਕਰ ਦੇਣੀ ਚਾਹੀਦੀ ਹੈ। ਕਾਰਪੋਰੇਸ਼ਨ ਨੇ ਸਾਡੇ ਨੇਤਾ ਕਮਲ ਚੇਟਲੀ ਜੀ ਦੀ ਬਿਲਡਿੰਗ ਨੂੰ ਸੀਲ ਕਰਨ ਦੀ ਕੀਤਾ ਹੈਗਾ, ਜਿਹੜਾ ਟੋਟਲੀ ਇਲੀਗਲ ਹੈਗਾ। ਇਹਨਾਂ ਨੂੰ ਕੋਈ ਨੋਟਿਸ ਸਰਵ ਨਹੀਂ ਹੋਇਆ। ਮੋਰ ਓਵਰ 2001 ਦੇ ਵਿੱਚ ਇਹਨਾਂ ਦੀ ਅਸੈਸਮੈਂਟ ਹੋ ਚੁੱਕੀ ਹੈ ਔਰ ਜਿਹੜਾ CLU ਹੈਗਾ ਉਹ 2005 ਤੋਂ ਲਾਗੂ ਹੁੰਦਾ। ਜਿਸ ਬਿਲਡਿੰਗ ਦੀ ਜਿਹੜਾ ਵੀ ਉੱਥੇ ਸਟਰਕਚਰ ਹੈਗਾ ਵੈ ਸ਼ੈਡ, ਜਦ ਉਹਦੀ 2001 'ਚ ਅਸੈਸਮੈਂਟ ਹੋ ਚੁੱਕੀ ਹੈ, ਉਸ ਦੇ ਬਾਅਦ ਕੋਈ ਐਕਸ਼ਨ ਬਣਦਾ ਨਹੀਂ ਗਾ। ਜੇ ਕਿਸੇ ਵੀ ਕੋਈ ਹੋਰ ਐਕਸ਼ਨ ਕਰਨਾ ਵੀ ਹੋਵੇ ਤੇ ਪਹਿਲਾਂ ਨੋਟਿਸ ਦੇਣਾ ਜ਼ਰੂਰੀ ਹੈ, ਨਾ ਕਿ ਸਿੱਧਾ ਜਾ ਕੇ ਤੁਸੀਂ ਸੀਲ ਕਰਦੇ ਹੋ। ਅੱਜ ਤੱਕ ਕਮਲ ਚੇਟਲੀ ਜੀ ਨੂੰ ਉਹਨਾਂ ਦੇ ਉਸ ਪ੍ਰਿੰਸਿਸ ਦੇ ਉੱਤੇ ਕਦੀ ਕੋਈ ਨੋਟਿਸ ਸਰਵ ਨਹੀਂ ਹੋਇਆ। ਇਸ ਕਰਕੇ ਇਹ ਟੋਟਲੀ ਇਲੀਗਲ ਹੈ ਔਰ ਇਹਦਾ ਇੱਕੋ ਇੱਕ ਕਾਰਨ ਹੈ ਕਿ ਉਹਨਾਂ ਨੇ ਕਾਂਗਰਸ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ, ਉਹਨਾਂ ਦੀ ਗੁੰਡਾਗਰਦੀ ਦੇ ਖਿਲਾਫ, ਉਹਨਾਂ ਦੀ ਜਿਹੜੀਆਂ ਦਮਨਕਾਰੀਆਂ ਨੀਤੀਆਂ ਨੇ ਉਹਨਾਂ ਦੇ ਵਾਸਤੇ ਆਵਾਜ਼ ਉਠਾਈ ਸੀ, ਉਹਦੇ ਰਿਐਕਸ਼ਨ ਦੇ ਵਿੱਚ ਇਹ ਧੱਕੇਸ਼ਾਹੀ ਕੀਤੀ ਗਈ ਹੈ, ਪਿਕ ਐਂਡ ਚੂਜ਼ ਦੀ ਪਾਲਿਸੀ ਕੀਤੀ ਗਈ ਹੈ। ਅਸੀਂ ਜੇ ਸਰਕਾਰ ਕਿਸੇ ਵੀ ਇਲੀਗਲ ਬਿਲਡਿੰਗਸ ਦੇ ਉੱਤੇ ਐਕਸ਼ਨ ਕਰਦੀ ਹੈ ਬਿਨਾਂ ਕਿਸੇ ਭੇਦਭਾਵ ਦੇ, ਅਸੀਂ ਉਹਦਾ ਸਮਰਥਨ ਕਰਾਂਗੇ, ਅਸੀਂ ਨਾਲ ਚੱਲਾਂਗੇ। ਲੇਕਿਨ ਜੇ ਕਿਸੇ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਕੀਤੀ ਜਾਏਗੀ ਉਹ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਏਗੀ। ਸਾਨੂੰ ਮੈਡਮ ਜੀ ਨੇ 2 ਘੰਟੇ ਦਾ ਟਾਈਮ ਦਿੱਤਾ, ਅਸੀਂ ਇੱਥੇ ਬੈਠੇ ਹਾਂ ਔਰ ਉਮੀਦ ਕਰਦੇ ਹਾਂ ਕਿ 2 ਘੰਟੇ ਬਾਅਦ ਆਪਣੇ ਵਾਅਦੇ ਮੁਤਾਬਕ ਕਮਿਸ਼ਨਰ ਸਾਡੇ ਸਾਹਮਣੇ ਰਿਕਾਰਡ ਪੇਸ਼ ਕਰਨਗੇ ਕਿ ਕਿਹਨਾਂ ਹਾਲਾਤਾਂ ਦੇ ਵਿੱਚ ਉਹ ਬਿਲਡਿੰਗ ਸੀਲ ਕੀਤੀ ਗਈ ਹੈ। ਅਸੀਂ ਤਦ ਤੱਕ ਇੱਥੇ ਬੈਠੇ ਹਾਂ ਔਰ ਜਦ ਤੱਕ ਇਹ ਨਿਰਣੇ ਨਹੀਂ ਹੁੰਦਾ ਅਸੀਂ ਇੱਥੋਂ ਨਹੀਂ ਉੱਠਾਂਗੇ। ਇਸ ਤਰ੍ਹਾਂ ਨਹੀਂ ਹੈ ਜਾਣ ਯਾਰ, ਰੌਲਾ ਰੌਲਾ ਨਾ ਪਾ, ਪਲੀਜ਼ ਰੌਲਾ ਨਾ ਦੱਸੋ ਯਾਰ, ਇੱਕ ਮਿੰਟ ਪਲੀਜ਼, ਇੱਕ ਮਿੰਟ ਪਲੀਜ਼ ਯਾਰ, ਇੱਕ ਮਿੰਟ ਦੇਖੋ ਇਸ ਤਰ੍ਹਾਂ ਐਸਾ ਹੈ ਵੀ ਮੇਰੇ ਯਹਾਂ ਪੇ ਮਾਰਬਲ ਕਾ ਜੋ ਮੇਰਾ ਕਾਮ ਹੈ 2001 ਸੇ 31/3/2001 ਸੇ ਚੱਲ ਰਿਹਾ ਹੈ ਔਰ ਵਹਾਂ ਮੇਰੀ ਕਾਰਪੋਰੇਸ਼ਨ ਨੇ ਉਸਕੀ ਅਸੈਸਮੈਂਟ ਕੀ ਹੋਈ ਹੈ, ਉਸਕੀ ਅਸੈਸਮੈਂਟ ਕੀ ਹੋਈ ਹੈ ਔਰ ਜੋ CLU ਕਾ ਕਾਨੂੰਨ ਹੈ ਵੋ 2005 ਕੇ ਬਾਅਦ ਬਣਾ ਹੈ ਔਰ ਯੇ ਇਸਕੋ ਬਿਲਕੁਲ ਸੀਲ ਨਹੀਂ ਕਰ ਸਕਤੇ, ਇਹਨਾਂ ਨੇ ਅੰਡਰ ਪ੍ਰੈਸ਼ਰ
भारत भूषण आशु जो गुंडा मंत्री है लुधियाना का, लोगों को दबाता है, अफसरों को दबाता है और पॉलिटिकल लोगों को दबाता है, डराता है, उसके खिलाफ मैंने प्रेस कॉन्फ्रेंस की थी। उसके लिए इन्होंने मेरी बिल्डिंग शनिवार के दिन सील कर दी है, जबकि वो कानून के तहत मेरी बिल्डिंग सील नहीं हो सकती। कॉरपोरेशन ने खुद 2001 में मेरी असेसमेंट की हुई है। दूसरी बात मैं कॉरपोरेशन से पूछना चाहता हूँ कि आपने एक हाई कोर्ट में एफिडेविट दिया था, उस एफिडेविट में बताया था भी इतनी बिल्डिंगें इलीगल लुधियाना में बनी हुई है, उससे आपने कितनी रिकवरी की, कितनों को सील किया? क्योंकि उनमें से बहुत मेरी बिल्डिंग इसलिए सील की क्योंकि मैंने भारत भूषण आशु के खिलाफ आवाज उठाई, प्रेस कॉन्फ्रेंस किया, इसका चेहरा नंगा किया, बताया कि ये मैं जब बोलता था लोग मानते नहीं थे, ये गुंडा इसने गुंडा कर दिया, सबूत दे दिया। कोई बात नहीं, जो हमारी हाईकमांड फैसला करेगी मैं उस, मेरी हाईकमांड जो फैसला करेगी मैं उसके तहत चलूंगा। उधर दूजे पासे जदों इस मामले संबंधी कमल चैटली नाल गलबात की गई तो उन्होंने कहा कि यह मामला 30 साल पुराना है। चैटली ने कहा कि जेकर प्रॉपर्टी उन्हां दी है तो वह इत्थे आउंदे क्यों नहीं, तो जिस स्थान नूं लै के कमल चैटली वालों कारपोरेशन के खिलाफ अज हंगामा किया गया है उसे प्रॉपर्टी नूं लै के कई होर भी दावे किए जा रहे हैं, उसते नजायज कब्जे के इल्जाम लगाए जा रहे हैं। हालांकि मामला अदालत के विचार अधीन है पर कमल चैटली और शिकायतकर्ता दोवें एक दूजे से इल्जाम लगा रहे हैं। कमल चैटली ने जी बीजेपी ते अकाली दल वालों होया, नॉट इंडिविजुअल वालों, क्योंकि पिछले कुछ दिनों तो जिवें धक्के नाल बीजेपी ते अकाली दल दे वर्करां दीआं बिल्डिंगां पोलिटिकल मंशा नाल सील कीतियां जा रहियां सी, एक नजायज़ वेंडेटा सी बीजेपी अकाली दल दे वर्करां दे खिलाफ, कमिश्नर दे उत्ते आंच लिआंदा, पर अफसोस यह है कि कमिश्नर सानू किसी गल का उत्तर नहीं दे सके। मैडम तो मैडम दे मीडिया दे सामने असी उन्हां दे ध्यान च लैंदे आ जिथे कांग्रेसियां दी नजायज़ कीतियां होईयां ने कि उत्थे तुहाडी कलम क्यों बंद है। भारत भूषण आशु रिस्पोंसीबल है, जो कुछ लुधियाने विच गुंडागर्दी हो रही है भारत भूषण आशु दे कहण ते हो रही है, समय आउण ते कानून उहनू शिकंजे च लऊगा। बस बिल्डिंगां जी सने उहदी अपनी दे, होर गल पुछ लो तुसीं, इह गल्लां नहीं गईआं। मैं तुहानू इक गल दस्सां, बहुत स्पष्ट गल दस्सां, दो दूनी चार रहना हैगा, ना छे होना ना तीन होना, यह समय का हेर फेर हुंदा। उह समय दिया कि पता नहीं असीं हमेशा लई पावर च आ गए, पावर खूह दे टिंडार की हुंदी, अज किसे कोल कल किसे कोल, पर जिस दिन साडे कोल आई एक एक दा कानून दे दायरे च लैके हिसाब, अफसर शाही तां गुलाम बनी बैठी है, स्पाइनलैस ऑफिसर, इन्हां दे रीढ़ दी हड्डी होई है नहीं। ਅਸੀਂ ਜੀ ਮੈਂ ਤੁਹਾਨੂੰ ਦੱਸਾਂ ਧੱਕਾ ਨਹੀਂ ਹੋਣ ਦਿੰਦੇ, ਘੰਟੇ 'ਚ ਬੰਦ ਕਰਾਈਏ ਦੋ 'ਚ ਕਰਾਈਏ, ਧੱਕਾ ਨਹੀਂ ਹੋਣ ਦਿੰਦੇ। ਸੀਲ ਮੈਂ ਸੀਲ ਗੱਲ ਕਰਦੇ, ਮੈਂ ਸੀਲ ਨਜਾਇਜ਼ ਲੱਗਣੀ ਨਹੀਂ ਦੇਣੀ, ਤੁਸੀਂ ਖੋਲ੍ਹਣ ਦੀ ਗੱਲ ਕਰਦੇ ਹਾਂ ਸਰ, ਸਾਰੀ ਅਸੀਂ ਥੋੜ੍ਹੇ ਦਿਨਾਂ 'ਚ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ, ਜੋ ਕੁਛ ਇਹਨਾਂ ਦੇ ਅੱਜ ਧਿਆਨ 'ਚ ਲਿਆਂਦਾ ਬਿਨਾਂ ਪੇਮੈਂਟਾਂ ਦੇ ਇੱਥੇ ਰਸੀਦਾਂ ਕੱਟੀਆਂ ਗਈਆਂ 75-75 ਲੱਖ ਦੀਆਂ ਇਸ ਕਾਰਪੋਰੇਸ਼ਨ 'ਚੋਂ, ਪੁੱਛਾਂਗੇ ਉਹ ਕਿਵੇਂ ਕੱਟੀਆਂ ਗਈਆਂ, ਉਹ ਐ ਨਹੀਂ, ਉਹ ਪ੍ਰੈਸ ਕਾਨਫਰੰਸ ਕਰਾਂਗੇ ਅੱਜ, ਇਕੱਲੇ ਨਾਲ ਨਹੀਂ ਗੱਲ ਕਰਨੀ। ਓਕੇ, ਹਮਾਰੀ ਰੂਟੀਨ ਕਾਰਵਾਈ ਹੋਤੀ ਹੈ ਜੀ, ਜੋ ਬਿਲਡਿੰਗ ਇਲੀਗਲ ਹੋਤੀ ਹੈ ਜਾਂ ਕਿਸੀ ਕਾ ਕੋਈ ਬਕਾਇਆ ਹੋਤਾ ਹੈ, ਹਮਾਰੀ ਬ੍ਰਾਂਚ ਆਰਾਮ ਸੇ ਉਸਕੋ ਜਾ ਕੇ ਸੀਲ ਕਰਾਤੀ ਹੈ ਤਾਂਕਿ ਉਨਕੇ ਪੈਸੇ ਕੀ ਉਗਰਾਈ ਕੀ ਜਾ ਸਕੇ, ਔਰ ਅਗਰ ਜੀ ਨਹੀਂ ਅਗਰ ਇਲੀਗਲ ਹੈ ਉਸਕੋ ਕਿਆ ਨੋਟਿਸ ਦੂੰ ਜੀ ਮੈਂ।
हमने उससे हमारी रिकवरी बनती है, हम रिकवरी करेंगे। धमकियां जो दी गई हैं आपको, हम हमने उसको धमकी नहीं समझा कि वो जो भी बोलेंगे कोई बात नहीं, उन्हें अधिकार है बोलने का। जैसे वो तोड़ने का ताले तोड़ने की बात कह रहे हैं कि ताले तोड़े जाएंगे, तो क्या पुलिस कॉर्पोरेशन की क्या कार्रवाई करेगी उन पे? पुलिस करेगी जी। आपके ऊपर कोई प्रेशर आया है? नहीं सर, कोई प्रेशर नहीं, मुझे कोई फोन नहीं आया उनका। नहीं जी सर, हमें कोई प्रेशर नहीं। जिस तरह आज आपके उसमें आपके भी हल्ला हुआ है, तो उसके बारे में किस तरह देखेंगे आपको जी? क्योंकि डेमोक्रेसी है जी। न्यूज़ ली लुधियाना तो पवन सैनी जी।